बड़े प्यारे नाइफ नाल ना टेढ़ी का लगती है वी शक्ल बना के ना देखो ना ए लगी है नरम सही ਉਹਨੂੰ ਬੰਦ ਨਹੀਂ ਕੀਤਾ ਬੰਦ ਨਹੀਂ ਸਹੀ ਹੋਈ ਇਸ ਵਜ੍ਹਾ ਤੇ ਸੁੱਕ ਗਈ ਵਰਨਾ ਜੇ ਇਹਨੂੰ ਦੇਖੋ ਟਾਈਟ ਹਾਂਜੀ ਹਜੇ ਹੁਣ ਇਹਦੇ ਵਿੱਚ ਟੇਪ ਲੈਣੀ ਸੀ ਨਾ ਤੁਸੀਂ ਲਿਆ ਸ਼ਾਪਰ ਬਸ ਤੁਸੀਂ ਲੈਣੀ ਸੀ ਗ੍ਰਾਫਟਿੰਗ ਟੇਪ ਅਸਲ ਵਿੱਚ ਨਾ ਮੈਨੂੰ ਭੇਜਦੇ ਤਾਂ ਉਧਰੋਂ ਭੇਜਦਾ ਮੈਂ ਉਹ ਟੇਪ ਐਵੇਂ ਬਿਲਕੁਲ ਬੇਟਾ ਉਹ ਬੰਦੇ ਹੈਗੇ ਆ ਟੈਕਨੀਕਲ ਜਰੂਰੇ ਘਰ ਅਸੀਂ ਉਹਨੂੰ ਬੋਲੇ ਹੀ ਨਹੀਂ ਸੀਗਾ ਲਾ ਲਓ ਜੀ ਜਿੱਦਾਂ ਤੁਹਾਡਾ ਦਿਲ ਕਰਦਾ ਉਹਨੇ ਵਾਸਤੇ ਤਾਂ ਕੋਈ ਮਸਲਾ ਨਹੀਂ ਸੀ ਇਹ ਦੇਖੋ ਨਾ ਬਾਰਿਸ਼ ਦੀ ਵਜ੍ਹਾ ਨਾਲ ਇੱਥੇ ਨਮੀ ਜ਼ਿਆਦਾ ਆ ਗਈ ਪਾਣੀ ਚ ਲੱਗਿਆ ਨਾ ਖੁੱਲੀ ਇਸ ਜਗ੍ਹਾ ਤੇ ਜੜ ਬਣਦੀ ਹੈ ਕਟਿੰਗ ਲਈ ਸੀ ਹਾਂਜੀ ਇਹ ਇਥੋਂ ਇਹਨਾਂ ਛਿਲ ਲਿੱਤਾ ਛਿਲਕੇ ਨਾਲ ਲਾਤੀ ਨਾ ਇੱਥੇ ਬੜ ਲੋ ਇਹ ਸਾਰੀ ਛਿਲ ਇਹ ਦੇਖੋ ਹਾਂਜੀ ਤੇ ਇਹ ਛੋਟਾ ਜਿਹਾ ਕੁਝ ਲੱਗਦਾ ਲੇਕਿਨ ਇਹ ਸੁੱਕ ਗਈ ਇਸ ਵਜ੍ਹਾ ਤੇ ਨਹੀਂ ਚੱਲੀ ਜਿਹੜੇ ਨੇ ਚਾਰੋਂ ਤਰਫੋਂ ਇਹ ਛਿਲ ਲਿੱਤਾ ਸੀ ਚਾਰੋਂ ਤਰਫ ਛਿਲ ਲਿੱਤਾ ਸੀ ਰਿੰਗ ਸੀ ਇਹਦੇ ਤੇ ਛਿਲਕਾ ਨਹੀਂ ਹੈਗਾ ਕਿੰਨਾ 1 ਇੰਚ ਤੇ ਰੱਖਿਆ ਸੀ 1 ਇੰਚ ਦਾ ਇਹਦੇ ਬਾਅਦ ਪਿੱਛੋਂ ਕੱਟ ਕੇ ਫੋਰਨ ਪੌਦਾ ਥੱਲੇ ਲੈ ਦੇਣਾ ਨਹੀਂ ਇਹਨੂੰ ਇੱਥੋਂ ਫਿਰ ਹੁਣ ਕੱਟਣਗੇ ਕੱਟ ਕੇ ਫਿਰ ਇਹਨੂੰ ਥੈਲੀ 'ਚ ਸ਼ਿਫਟ ਕਰਾਂਗੇ ਥੈਲੀ ਸ਼ਿਫਟ ਕਰਕੇ ਜਿਹੜੇ ਸਰਦੀ ਆਉਣੀ ਹੈ 2 ਮਹੀਨੇ ਉਹ ਅੰਦਰ ਰਹੇਗਾ ਉਹਦੇ ਵਿੱਚ ਫੁੱਟਣ ਲੱਗ ਇਹ ਫਰਵਰੀ 'ਚ ਲੱਗੇਗਾ ਥੈਲੀ ਸ਼ਿਫਟ ਕਰਨ ਦੇ ਇਹਨੂੰ ਖੋਲ ਦੇਣਗੇ ਕਿਉਂਕਿ ਇਹ ਜਿਹੜੀ ਚੀਜ਼ ਨਰਮ ਹੋਈ ਨਾ ਇਹ ਬਾਰਿਸ਼ ਦੇ ਪਾਣੀ ਦੀ ਵਜ੍ਹਾ ਨਾਲ ਹੋਈ ਹੈ ਜਦੋਂ ਹੁਣ ਪਾਣੀ ਇਹਦਾ ਬੰਦ ਕਰਨਗੇ ਇਹ ਸਖਤ ਹੋ ਜਾਏਗੀ ਜਦੋਂ ਤੁਸੀਂ ਖੋਲੋਗੇ ਮਿੱਟੀ ਹਟੇਗੀ ਨਹੀਂ ਥੈਲੀ 'ਚ ਰੱਖ ਕੇ ਉਹਦੇ ਮਿੱਟੀ ਪਾ ਦਿਓ ਹਾਂ ਮਿੱਟੀ ਨਾਲ ਹੀ ਕੀਤਾ ਨਹੀਂ ਇਹ ਮਿੱਟੀ ਉਹਨਾਂ ਨੇ ਸਪੈਸ਼ਲ ਬਣਾਈ ਸੀ ਕੋਈ ਪੀਟ ਮੋਸ ਪਾ ਕੇ ਹਾਂਜੀ 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 ਉਹ ਮੇਰੇ ਬੜੇ ਪਿਆਰੇ ਦੋਸਤ ਨੇ ਜੀ ਬੜਾ ਤਾਲੁਕ ਹੈ ਹਾਂਜੀ ਨਾਸਰ ਸਾਹਿਬ ਨਾਸਰ ਸਾਹਿਬ ਆਉਣਾ ਨਾਸਰ ਸਾਹਿਬ ਹੁਣ ਗਿਆ ਨਾ ਨਾਸਰ ਸਾਹਿਬ ਨੂੰ ਤੁਸੀਂ ਦੱਸ ਦਿੱਤਾ ਸ਼ਾਇਦ ਮੈਂ ਮੋਰਾਂ ਨੇ ਵੀ ਨਹੀਂ ਦੱਸਿਆ ਅੱਛਾ ਨਾਸਰ ਸਾਹਿਬ ਹੁਣ ਗਏ ਨੇ ਅੰਜੀਰ ਲੈ ਕੇ ਇੱਥੋਂ ਮੈਂ ਗਵਰਨਮੈਂਟ ਫਾਰਮ ਤੋਂ ਉਹਨਾਂ ਨੇ ਅੰਜੀਰ ਦਾ ਵੀ ਇੱਕ ਕਰਾਇਆ ਸੀ ਪ੍ਰੋਜੈਕਟ ਹਾਂਜੀ ਹਾਂਜੀ ਚਲਾਇਆ ਅੰਜੀਰ ਕੇ ਕਿੱਥੇ ਲੈ ਕੇ ਗਏ ਨੇ ਉੱਥੇ ਪੱਕੋ ਪਤਾ ਕਿੱਥੇ ਲੈ ਗਏ ਜੀ ਅੰਜੀਰ ਮੋਟੀ 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 ਅੰਜੀਰ ਫਿਗ ਉਹ ਹੈਗੀ ਆ ਬਲੈਕ ਮਿਸ਼ਨ ਬਲੈਕ ਮਿਸ਼ਨ ਉਹਦੇ ਕਿੰਨੇ ਪੈਦਾ ਵਾ ਅੱਛੀ ਪੈਦਾ ਵਾ ਅੱਛੀ ਪੈਦਾ ਵਾ ਇਹਦੇ ਵਿੱਚ ਅਸੀਂ ਇੰਟਰ ਕ੍ਰੋਪ ਉਹਦੀ ਕਰਨੀ ਹੈ ਸਿੱਖ ਦੀ ਸਿੱਖ ਦਾ ਪੌਦਾ ਵੱਧ ਨਹੀਂ ਹੋ ਜਾਂਦਾ ਨਹੀਂ ਨਹੀਂ ਉਹਨੂੰ ਕਟਿੰਗ ਕਰ ਦੇ ਇਹ ਤਾਂ ਦਰਖਤ ਹੋ ਨਾ ਇਹ ਪੌਦੇ ਨਹੀਂ ਹੈ ਇਹ ਦਰਖਤ ਹੈ ਲੇਕਿਨ ਇਹਨੂੰ ਕਟਿੰਗ ਕਰਕੇ ਤੁਸੀਂ ਇਹਨੂੰ ਪੌਦੇ ਬਣਾ ਲਓ ਇਹ ਦੇਖੋ ਜੀ ਜਾਮਨ ਦੀ ਤਰ੍ਹਾਂ ਇੱਕ ਸ਼ੇਪ ਬਣੀ ਹੈ ਦੇਖੋ ਕਿੰਨੀ ਪਿਆਰੀ ਹੈ ਇਹ ਵੈਰਾਈਟੀ ਹੈ ਇੱਕ ਉਹ ਕਾਲਾ ਦੇਖ ਲਓ ਤੋੜ ਲਓ ਇਹ ਮਿੱਠਾ ਹੋਏਗਾ ਖਾ ਕੇ ਦੇਖੋ ਬੜਾ ਪਿਆਰਾ ਹੈ ਉਹਨੂੰ ਪਾਣੀ ਨੀ ਲਾਇਆ ਦੀਮਕ ਉਹਦੀ ਖਾ ਗਈ ਜੜ